देखो एक साल हो गया पंजाब दे विच लोकां दी अपनी सरकार बनी अपनी तां करके पहला किसी व्यक्ति विशेष की सरकार होंदी सी उन्हां दे महलां दीआं कंधां बहुत उच्चियां होंदियां सी उन्हां दे जिहड़े एंट्री वाले दरवाजे होंदे सी बहुत उच्चे उच्चे सी ते उन्होंने उह दरवाजे बंद ही रखे लोकां लई आम लोकां लई सो हुण अपनी सरकार बनी है लोकां दी तां उन्हां नूं उम्मीदां ने बहुत मैं जतूरी दे पिंडां च आया ते उही प्यार उही यकीन जिहड़ा लोक दर्शा रहे ने और धूरी दे लोकां ने मतलब खुले दिल नाल वोटां पाईआं ते इक बदलाव वास्ते एक रस्ता तैयार किया ते धूरी दे लोकां लई भी असीं ते पंजाब दे 30 मिलियन यानी कि 3 करोड़ लोकां लई साडे वल्लों सरकार वल्लों भी खुले दिल नाल ही जिहड़ा वो बजट दे विच ग्रांटां गरीबां लई रखीआं गईआं ने और पंजाब दे लोकां दा एक एक रुपईआ संभालिया जाऊगा टैक्स का संभाल के उन बड़े डिसिप्लिनड तरीके उन लोगों के उत्ते खर्चा जाऊगा तो फिर लोगों का विश्वास बनता कि जो सा टैक्स का पैसा सानू ही चाहे वह बिजली के रूप से वापस आए चाहे सड़कों के रूप से आए चाहे वह मोहल्ला क्लीनिकों के रूप से आए चाहे वह स्कूलों के रूप से आए वो लोगों वापस होना चाहिए ਲੋਕਾਂ ਦਾ ਵਿਸ਼ਵਾਸ ਬਣਦਾ ਕੋਟ ਪੂਰਾ ਗੋਲੀਕਾਂਡ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਮਾਨਤ ਮਿਲ ਗਈ ਸੁਖਬੀਰ ਸਿੰਘ ਇਹ ਕਿਵੇਂ ਦੇਖਦੇ ਹੋ ਸਰ ਇਹ ਤਾਂ ਜੀ ਦੇਖੋ ਮਾਣਯੋਗ ਅਦਾਲਤ ਦੇ ਵਿੱਚ ਹੈ ਕੇਸ ਸਾਡੇ ਤਾਂ ਵਿੱਚ ਕੋਈ ਜਿਹੜਾ ਇੰਟਰਫੇਰੈਂਸ ਹੈ ਨਹੀਂ ਅਸੀਂ ਤਾਂ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜੋ ਐਸ ਆਈ ਟੀ ਬਣਾਈ ਸੀ ਮਾਣਯੋਗ ਹਾਈ ਕੋਰਟ ਨੇ ਉਹਨੇ ਚਲਾਨ ਪੇਸ਼ ਕੀਤਾ ਅਤੇ ਬਸ ਇੰਨਾ ਕਹਿਣਾ ਚਾਹਾਂਗੇ ਕਿ ਜਿਹੜੇ ਪਹਿਲਾਂ ਕਹਿੰਦੇ ਸੀਗੇ ਕਿ ਅਸੀਂ ਤਾਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਹੁਣ ਇੱਕ ਫਰੀਦਕੋਟ ਦੀ ਕਚਹਿਰੀ ਜਾਣ ਤੋਂ ਵੀ ਡਰਦੇ ਨੇ ਪਹਿਲੀ ਕਹਿੰਦੇ ਜਵਾਨ ਤਾਂ ਸੋ ਕਹਿਣਾ ਹੀ ਤਾਂ ਕਰਨੀ ਤਾਂ ਨੇੜੇ ਤੇੜੇ ਤਾਂ ਕਿਤੇ ਆਉਣਾ ਚਾਹੀਦਾ ਨਾ ਸੋ ਜੋ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੀ ਬੇਅਦਬੀ ਜਾਂ ਗੁਰੂ ਸਾਹਿਬ ਦੀ ਜਿਹੜੀ ਪੂਰੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਸੱਟ ਵੱਜੀ ਤਾਂ ਇਨਸਾਫ ਮਿਲਣਾ ਚਾਹੀਦਾ ਔਰ ਮੈਨੂੰ ਉਮੀਦ ਹੈ ਕਿ ਮਾਣਯੋਗ ਅਦਾਲਤਾਂ ਜਿਹੜੀਆਂ ਨੇ ਇਨਸਾਫ ਦੇਣਗੀਆਂ ਅਤੇ ਲੋਕਾਂ ਦੇ ਕਾਲਜ ਠੰਡ ਹੋ ਸਰ ਸੰਗਰੂਰ ਦੇ ਵਿੱਚ ਗੱਲ ਕੀਤੀ ਜਾਵੇ ਬਿਜਿੰਦਰ ਸਿੰਗਲਾ ਨੂੰ ਬਿਜਲੀ ਸਕੂਲ ਨੋਟਸ ਆਇਆ ਹੈ ਦਲਵੀਰ ਸਿੰਘ ਗੋਡੀ ਨੂੰ ਤਾਂ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਆ ਜਿਹੜਾ ਧੱਕਾ ਕਰ ਰਹੀ ਹੈ ਕਾਂਗਰਸੀਆਂ ਨਾਲ ਕਾਂਗਰਸ ਦੇ ਬਿਜਲੀ ਦਾ ਇਸਤੇਮਾਲ ਹੋ ਰਿਹਾ ਅਤੇ ਦਲਵੀਰ ਸਿੰਘ ਗੋਡੀ ਕਹਿੰਦੇ ਨੇ ਕਿ ਇੰਨਾ ਕੁ ਤਾਂ ਭੁਗਤਣਾ ਪਊਗਾ ਕਿਉਂਕਿ ਮੈਂ ਮੁੱਖ ਮੰਤਰੀ ਦੇ ਖਿਲਾਫ਼ ਚੋਣ ਲੜਿਆ ਸੀ ਧੂਰੀ ਤੋਂ ਦੇਖੋ ਗੱਲ ਇਹ ਹੈ ਸ਼ਾਮ ਸੁੰਦਰ ਰੋੜੇ ਨੂੰ ਮੈਂ ਕਿਹਾ ਸੀ 1 ਕਰੋੜ ਰੁਪਏ ਲੈ ਕੇ ਵਿਜੀਲੈਂਸ ਦੇ ਕੋਲ ਆ ਜਾ ਉਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲਦੀਆਂ ਨੇ ਠੀਕ ਹੈ ਨਾ ਜੇ ਉਹ ਸਹੀ ਹੋਣਗੇ ਤਾਂ ਅਦਾਲਤ ਜਿਹੜੀ ਆ ਉਹਨਾਂ ਨੂੰ ਕਲੀਅਰ ਕਰ ਦੂਗੀ ਇਹ ਜਾਣ ਤੋਂ ਪਹਿਲਾਂ ਹੀ ਕਿਉਂ ਕਹਿਣ ਲੱਗ ਜਾਂਦੇ ਨੇ ਭਵਾਂ ਤਮਾਨ ਐਂ ਕਰਦਿਆਂ ਕਰ ਮੈਂ ਤਾਂ ਮੈਂ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦਾ ਠੀਕ ਹੈ ਨਾ ਅਤੇ ਮੈਂ ਤਾਂ ਇਹੀ ਕਹਿਣਾ ਕਿ ਜਿਹਨੇ ਪੰਜਾਬ ਦਾ ਪੈਸਾ ਖਾਧਾ ਮੈਂ ਕੋਰਟ ਉਹਦੇ ਵਿਧਾਨ ਸਭਾ 'ਚ ਵੀ ਇਹੀ ਗੱਲ ਕਹੀ ਜਿਹਨੇ ਪੰਜਾਬ ਦਾ ਪੈਸਾ ਖਾਧਾ ਭਾਵੇਂ ਉਹ ਸੱਤਾ ਤੋਂ ਬਾਹਰ ਹੋ ਗਿਆ ਭਾਵੇਂ ਉਹ ਸੱਤਾ ਦੇ ਵਿੱਚ ਹੈ ਸਾਡੇ ਵਾਲੇ ਵੀ ਨੇ ਵਿੱਚ ਜੇ ਠੀਕ ਹੈ ਨਾ ਤਾਂ ਉਹ ਬਖਸ਼ ਨਹੀਂ ਜਾਊ ਅਤੇ ਫਿਰ ਇਹਦੇ 'ਚ ਇਹ 'ਚ ਗੋਲਡੀ ਨੂੰ ਉੱਥੇ ਜਾਣ 'ਚ ਹਾ ਕੀ ਅਰਜ ਹੈ ਜਾਇਆ ਹੋਵੇ ਅਤੇ ਨਾਲੇ ਮੁੱਖ ਮੰਤਰੀ ਦੇ ਖਿਲਾਫ਼ ਨਹੀਂ ਮੁੱਖ ਮੰਤਰੀ ਖੋਲੀ ਕਿਤਾਬ ਦਾ ਪਤਾ ਲੱਗ ਜਾਂਦਾ ਹੁੰਦਾ ਜੀ ਕਿਹੜੇ ਕਿਹੜੇ ਵਰਕੇ ਪਿੱਛੋਂ ਪਾਟੇ ਹੋਏ ਨੇ ਠੀਕ ਹੈ ਨਾ ਮੁੱਖ ਮੰਤਰੀ ਦੇ ਖਿਲਾਫ਼ ਲੜਨ ਦਾ ਮਤਲਬ ਇਹ ਥੋੜ੍ਹੀ ਕੋਈ ਪਰਚੇ ਹੋਣਗੇ ਅਤੇ ਮੈਂ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ਼ ਲੜਿਆ ਮੈਂ ਕੇਵਲ ਸਿੰਘ ਢਿੱਲੋਂ ਦੇ ਖਿਲਾਫ਼ ਲੜਿਆ ਮੈਂ ਬਿਜਿੰਦਰ ਸਿੰਘ ਦੇ ਖਿਲਾਫ਼ ਲੜਿਆ ਅਤੇ ਮੇਰੇ 'ਤੇ ਵੀ ਲੱਭਿਆ ਹੋਣਾ ਇਹਨਾਂ ਨੇ ਕੁਛ 2 ਸਰਕਾਰਾਂ 'ਚ ਐਮ ਪੀ ਰਿਹਾ ਮੈਂ 14 ਤੋਂ 17 ਅਕਾਲੀ ਦਲ ਦੀ ਸੀ 17 ਤੋਂ 22 ਇਹਨਾਂ ਦੀ ਸੀ ਫਿਰ ਮੇਰੇ ਵਿਰੁੱਧ ਨਾ ਕੁਛ ਲੱਭ ਲਿਆ ਇਹਨਾਂ ਨੇ ਸੋ ਜੇ ਧੂੰਆਂ ਹੈਗਾ ਤਾਂ ਅੱਗ ਹੋਊਗੀ ਕਿਤੇ ਨਾ ਕਿਤੇ ਪਰ ਹਾਂ ਬਿਲਕੁਲ ਪਾਰਦਰਸ਼ਤਾ ਨਾਲ ਜਾਂਚ ਹੋਊਗੀ ਮੈਨੂੰ ਕਿਸੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨ ਦੀ ਕੋਈ ਲੋੜ ਨਹੀਂ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਸਰ ਧੂਰੀ ਦਾ ਰੇਲਵੇ ਓਵਰਬ੍ਰਿਜ ਲੋਕ ਕਾਫੀ ਪਰੇਸ਼ਾਨ ਨੇ ਉਹ ਕਦ ਤੱਕ ਦੇਖੋ ਜੀ ਉੱਥੇ ਟਾਈਮ ਲੱਗਦਾ ਓਵਰਬ੍ਰਿਜ ਪਾਸ ਹੋ ਚੁੱਕਿਆ ਅਤੇ ਜਦੋਂ ਓਵਰਬ੍ਰਿਜ ਬਣ ਗਿਆ ਤਾਂ ਧੂਰੀ ਜਿਹੜਾ ਉਹਦਾ ਜਿਹੜੇ ਜਾਮ ਲੱਗਦੇ ਨੇ ਜਾਂ ਬਾਜ਼ਾਰ ਦੇ ਵਿੱਚ ਉਹ ਉਹਨਾਂ ਤੋਂ ਨਿਜਾਤ ਮਿਲੂਗੀ ਅਤੇ ਧੂਰੀ ਹਲਕੇ ਨੂੰ ਅਸੀਂ ਨਮੂਨੇ ਦਾ ਹਲਕਾ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਬਾਹਰੋਂ ਵੀ ਆ ਕੇ ਲੋਕ ਦੇਖਣ ਕਿ ਧੂਰੀ ਦੇ ਵਿੱਚ ਹੈਲਥ ਫੈਸਿਲਿਟੀਜ਼ ਧੂਰੀ 'ਚ ਐਜੂਕੇਸ਼ਨ ਦੀਆਂ ਫੈਸਿਲਿਟੀ ਸੜਕਾਂ ਪਿੰਡਾਂ ਦੇ ਵਿੱਚ ਟੋਬੇ ਧਰਤੀ ਵਿਚਲਾ ਪਾਣੀ ਨਹਿਰਾਂ ਸਾਰਾ ਕੁਝ ਦਾ ਇਸਤੇਮਾਲ ਜਿਹੜਾ ਪਬਲਿਕ ਜਿਹੜੇ ਰਿਸੋਰਸਿਸ ਨੇ
ਪਬਲਿਕਲੀ ਹੋ ਇੱਕ ਗੰਨਾ ਮਿਲ ਨੇ ਆਪਣਾ ਨੋਟਿਸ ਲਗਾ ਦਿੱਤਾ ਵੀ ਅਗਲੇ ਸਾਲ ਦਸਤੂਰੀ ਗੰਨਾ ਮਿਲ ਬੰਦ ਹੋਊਗੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਕਰਦਿਆਂ ਗੱਲ ਪਹਿਲਾਂ ਇਸ ਸਾਲ ਵਾਲੇ ਪੈਸੇ ਤਾਂ ਦੇਣ ਨਾ ਸਾਰੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਗੌਰਮੈਂਟ ਟੇਕ ਓਵਰ ਵੀ ਕਰ ਸਕਦੀ ਹੈ ਇੱਕ ਗੌਰਮੈਂਟ ਟੇਕ ਓਵਰ ਵੀ ਕਰ ਸਕਦੀ ਹੈ ਸੋ ਅਸੀਂ ਗੰਨਾ ਉਤਪਾਦਕਾਂ ਨੂੰ ਤਾਂ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਸੋ ਖੱਜਲ ਖੁਆਰੀਆਂ ਤੋਂ ਬਚਾ ਰਹੇ ਹਾਂ ਔਰ ਪਹਿਲੀ ਵਾਰ ਹੋਇਆ ਕਿ ਸ਼ੂਗਰਫੈਡ ਨੇ ਇੱਕ ਵੀ ਪੈਸਾ ਨਹੀਂ ਦੇਣਾ ਹੈਗਾ ਗੰਨਾ ਉਤਪਾਦਕਾਂ ਦੇ ਪਹਿਲੀ ਵਾਰ ਹੋਇਆ ਪਹਿਲਾਂ ਤਾਂ ਨਹੀਂ ਤਾਂ ਦੱਬੀ ਰੱਖਦੇ ਸੀ ਸੋ ਇਸ ਕਰਕੇ ਜਿਹੜੀ ਇਹ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ ਕਿਸਾਨਾਂ ਦੀ ਸਰਕਾਰ ਹੈ ਮਜ਼ਦੂਰਾਂ ਦੀ ਸਰਕਾਰ ਹੈ ਦੁਕਾਨਦਾਰਾਂ ਦੀ ਸਰਕਾਰ ਹੈ ਵਪਾਰੀਆਂ ਦੀ ਸਰਕਾਰ ਹੈ ਇਹ ਮਾਵਾਂ ਭੈਣਾਂ ਜਿਹੜੀਆਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਚਾਹੁੰਦੀਆਂ ਨੇ ਉਹ ਐਜੂਕੇਸ਼ਨ ਰਾਹੀਂ ਜਾਂ ਜੇ ਕੋਈ ਇਲਾਜ ਪੱਖੋਂ ਜਿਹੜਾ ਜਿੱਦਾਂ ਨਹੀਂ ਤਾਂ ਕਿਸੇ ਘਰ 'ਚ ਕੋਈ ਬਿਮਾਰ ਹੋ ਜਾਵੇ ਸਾਰੀ ਜ਼ਮੀਨ ਵਿਕ ਜਾਂਦੀ ਹੈ ਪ੍ਰਾਈਵੇਟ ਹਸਪਤਾਲਾਂ 'ਚ ਇੰਨਾ ਮਹਿੰਗਾ ਇਲਾਜ ਹੈ ਸੋ ਅਸੀਂ ਇਲਾਜ ਵੀ ਵਿਸ਼ਵ ਪੱਧਰ ਦਾ ਅਤੇ ਹੋਊਗਾ ਬਿਲਕੁਲ ਫਰੀ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕੀਤਾ ਸੀ ਇਹਦੇ ਕਰਾਂਗੇ ਇੱਕ ਸਾਲ ਪੂਰਾ ਹੋਇਆ ਜੀ ਕਿਵੇਂ ਦੇਖਦੇ ਹੋ ਜੀ ਇੱਕ ਸਾਲ ਸਮਾਗਮ ਰੱਖੇ ਗਏ ਸੀ ਅਤੇ ਪਹਿਲਾਂ ਤਾਂ ਸ਼ੁਕਰਾਨਾ ਹਾਂਜੀ ਸ਼ੁਕਰਾਨਾ ਸਮਾਗਮ ਸੀਗੇ ਇੱਕ ਸਾਲ ਦੇ ਵਿੱਚ ਅਸੀਂ 26,797 ਨੌਕਰੀਆਂ ਦਿੱਤੀਆਂ ਇੱਕ ਸਾਲ 'ਚ ਕਿੰਨੇ ਭ੍ਰਿਸ਼ਟਾਚਾਰੀ ਫੜ ਕੇ ਅੰਦਰ ਦਿੱਤੇ ਇੱਕ ਸਾਲ ਦੇ ਵਿੱਚ ਅਸੀਂ ਬਿਜਲੀ ਫਰੀ ਕਰਤੀ ਬਿਜਲੀ ਲੈਵਲ 0 ਆਉਂਦਾ ਇੱਕ ਸਾਲ ਦੇ ਵਿੱਚ ਅਸੀਂ 1 MLA 1 ਪੈਨਸ਼ਨ ਠੀਕ ਹੈ ਨਾ ਇੱਕ ਸਾਲ ਦੇ ਵਿੱਚ ਅਸੀਂ ਰੈਵਨਿਊ ਅਸੀਂ ਵਧਾ ਲਿਆ ਅਤੇ ਕਰਜ਼ਾ ਲਾਉਣ ਵਾਲੇ ਵੀ ਹੋ ਗਏ 16,000 ਪ੍ਰਿੰਸੀਪਲ ਮੂਲਧਨ ਅਤੇ 20,000 ਕਰੋੜ ਵਿਆਜ 36,000 ਕਰੋੜ ਅਸੀਂ ਮੋੜਿਆ ਵੀ ਹੈ ਪਹਿਲੇ ਸਾਲ ਅਸੀਂ ਮੋੜਨ ਵਾਲੀ ਸਥਿਤੀ 'ਚ ਵੀ ਆ ਗਏ ਸੋ ਬਾਕੀ ਉਹ ਉਹਨਾਂ ਕੋਲ ਹੁਣ ਕੋਈ ਮੁੱਦਾ ਹੋਰ ਹੈ ਨਹੀਂ ਬੋਲੀ ਜਾਣ ਦਾ ਕੋਈ ਗੱਲ ਨਹੀਂ ਲੋਕਾਂ ਨੇ ਉਹਨਾਂ ਨੂੰ ਜਿੱਥੇ ਤੱਕ ਪਹੁੰਚਾਉਣਾ ਸੀ ਉਹ ਤਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਨੇ ਵੈਸੇ ਪਿੰਡਾਂ 'ਚ ਲੋਕਾਂ ਨੂੰ ਮਿਲਣ ਜਾ ਰਹੇ ਹਾਂ ਕਿਸੇ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਸਮੱਸਿਆ ਲੱਗੀ ਹੋਵੇ ਕੋਈ ਅਲੱਗ ਤੋਂ ਲੋਕ ਮਿਲੇ ਹੋਣ ਜਿਹੜੇ ਚੀਜ਼ਾਂ ਤੁਸੀਂ ਮਿਲਣਾ ਚਾਹੁੰਦੇ ਸੀ ਕੋਈ ਦਫ਼ਤਰੀ ਸਾਰਾ ਕੁਝ ਅਲੱਗ ਤੋਂ ਹੀ ਹੋ ਰਿਹਾ ਇਹਦੇ ਪਹਿਲਾਂ ਤਾਂ ਮੁੱਖ ਮੰਤਰੀ ਕਦੇ ਪੰਜਾਬ ਤੋਂ ਨਿਕਲੇ ਨਹੀਂ ਉਹ ਤਾਂ ਇਕੱਲੇ ਪਹਾੜੀਆਂ ਜਾਂਦਾ ਸੀ ਬਸ ਪੰਜਾਬ 'ਚ ਹੋਰ ਵੀ ਅਜਿਹੇ ਜਿਹੜੀ ਮਿਲਣੀ ਦੇਖਣ ਨੂੰ ਮਿਲੂ ਮੈਂ ਤਾਂ ਰੋਜ਼ ਜਾਂਦਾ ਰਹਿਣਾ ਜੀ ਅੱਜ ਅੰਮ੍ਰਿਤਸਰ ਜਾਊਂਗਾ ਅੱਜ ਅੰਮ੍ਰਿਤਸਰ ਵੀ ਸ਼ਾਮ ਨੂੰ ਜਾਊਂਗਾ G20 ਸੰਮੇਲਨ ਚੱਲ ਰਿਹਾ G20 ਬਾਰੇ ਜਦੋਂ ਕਾਂਗਰਸ ਅਕਾਲੀ ਦਲ ਬੜਾ ਰੌਲਾ ਪਾਉਂਦੀ ਸੀ ਤਾਂ ਹੁਣ ਹੀ ਨਹੀਂ ਜੀ ਬੜੀ ਸਫਲਤਾਪੂਰਵਕ ਹੋ ਰਿਹਾ ਉੱਥੇ ਸੋ ਉਹਨਾਂ ਨੂੰ ਤਾਂ ਇੱਕ ਬਹਾਨਾ ਚਾਹੀਦਾ ਪੰਜਾਬ ਨੂੰ ਬਦਨਾਮ ਕਰਨ ਦਾ ਜਾਂ ਭਗਵੰਤ ਮਾਨ ਨੂੰ ਬਦਨਾਮ ਕਰਨ ਦਾ ਪਰ ਜਿੰਨਾ ਚਿਰ ਮੇਰੇ ਨਾਲ ਲੋਕ ਨੇ ਜਿੰਨਾ ਚਿਰ ਲੋਕ ਮੇਰੇ 'ਤੇ ਯਕੀਨ ਕਰਦੇ ਨੇ ਲੋਕਾਂ ਨੇ ਮੇਰੇ 'ਤੇ ਭਰੋਸਾ ਕੀਤਾ ਉਹਨਾਂ ਚਿਰ ਮੈਨੂੰ ਇਹਨਾਂ ਬਾਰੇ ਸੋਚਣ ਦੀ ਲੋੜ ਨਹੀਂ ਬਾਜ਼ ਉਨੇ ਹੀ ਉੱਚਾ ਉੱਡਦਾ ਹੁੰਦਾ ਜਿੰਨੀ ਹਵਾ ਉਹਦੇ ਵਿਰੁੱਧ ਹੋਵੇ ਸੋ ਲੋਕ ਪਬਲਿਕ ਜਿਹੜੀ ਹੈ ਉਹਨਾਂ ਨੂੰ ਅੱਛੀਆਂ ਸਹੂਲਤਾਂ ਮਿਲੀਆਂ ਨੇ ਲੋਕ ਮੈਨੂੰ ਬਜ਼ੁਰਗ ਮੈਨੂੰ ਆਸ਼ੀਰਵਾਦ ਦਿੰਦੇ ਨੇ ਪੁੱਤ ਲੱਗਿਆ ਰਹਿ ਅਸੀਂ ਤੇਰੇ ਨਾਲ